ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਕਿੱਥੋਂ ਇਹਨੂੰ ਕਹਿੰਦੇ ਨੇ, ਮੈਡਜੀਨ ਕਹਿੰਦੇ ਨੇ ਇਹਨੂੰ, ਕੋਲੰਬੀਆ ਦਾ ਉਹ ਸ਼ਹਿਰ ਜਿੱਥੇ ਦਾ ਪਾਬਲੋ ਐਸਕੋਬਾਰ ਹੋਇਆ। ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਾਬਲੋ ਐਸਕੋਬਾਰ ਵਾਲੇ ਨਹੀਂ ਬਾਰਾਂ ਦੱਸੂੰਗਾ, ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਮੈਡਜੀਨ ਦਿਖਾਉਂਗਾ। ਕਿਸੇ ਜ਼ਮਾਨੇ ਜਿਹਨੂੰ ਸਭ ਤੋਂ ਖਤਰਨਾਕ ਸ਼ਹਿਰ ਮੰਨਿਆ ਜਾਂਦਾ ਸੀ, ਸਭ ਤੋਂ ਖਤਰਨਾਕ ਮੀਨ ਵਨ ਆਫ ਦਾ ਖਤਰਨਾਕ, ਕਾਲੀ ਵੀ ਜਿੱਥੋਂ ਮੈਂ ਆਇਆ ਉਹ ਵੀ ਖਤਰਨਾਕ ਸੀ, ਆ ਉਦੋਂ ਵੀ ਉਹਦੇ ਵਰਗੀ ਸੀ। ਇੱਥੇ ਪਾਬਲੋ ਐਸਕੋਬਾਰ ਨੇ ਥੋੜ੍ਹਾ ਜਿਹਾ ਫੱਟੇ ਚੱਕੇ ਹੋਏ ਸੀ, ਉਹਨੇ ਸਾਰੇ ਕੰਮ ਕਰੇ ਸੀ, ਤਾਂ ਕਰਕੇ ਦੁਨੀਆ ਇੱਥੇ ਡਰਦੀ ਸੀ। ਓਕੇ, ਮੈਂ ਤੁਹਾਨੂੰ ਇਸ ਦੇ ਵਿੱਚ ਇੱਥੇ ਤੁਹਾਡਾ ਸਵਾਗਤ ਕਰਦਾ। ਮੈਡਜੀਨ ਦੇ ਵਿੱਚ ਜਿੱਦਣ ਮੈਂ ਆਇਆ, ਪਹਿਲੀ ਰਾਤ ਮੈਂ ਆ ਕੇ ਰਿਹਾ, ਦੂਜੇ ਦਿਨ ਮੈਂ ਹੌਸਲੇ 'ਚ ਪਾ ਕੇ ਸਾਰੇ ਜਣੇ ਕਹਿੰਦੇ ਖਤਰਾ ਹੋਏ ਪੁਰਾਣਾ ਉਹ ਧਿਮਕਾ, ਯੂਟਿਊਬ ਵਾਲਿਆਂ ਨੇ ਦਿਖਾਇਆ ਵੀ ਹੋਇਆ ਸੀ ਕਈਆਂ ਨੇ, ਬੰਦੇ ਨੇ ਜਿਹੜੇ ਇੱਥੋਂ ਯੂਟਿਊਬ ਬਣਾ ਕੇ ਗਏ ਇੰਡੀਆ ਵਾਲੇ। ਮੈਂ ਕਿਹਾ ਨਿਕਲੋ ਯਾਰ, ਐਂ ਤਾਂ ਐਂ ਥੋੜ੍ਹਾ ਡਰਨਾ, ਸਰਦਾਰ ਹਾਂ ਐਂ ਥੋੜ੍ਹਾ ਡਰਦੇ ਹਾਂ। ਸੋ ਦੂਜੇ ਦਿਨ ਨਿਕਲਿਆ, ਮੈਂ ਸਭ ਤੋਂ ਪਹਿਲਾਂ ਗਿਆ ਇੱਕ ਜਗ੍ਹਾ ਸੀ, ਅਤੇ ਕਿਉਂਕਿ ਮੈਨੂੰ ਇੱਕ ਮੇਰੇ ਜਾਣ ਪਛਾਣ ਵਾਲੀ ਪੀਰੂ ਤੋਂ ਜਾਣ ਪਛਾਣੀ ਸੀ, ਉਹਦਾ ਨਾਮ ਲੈਸਲੀ ਹੈ, ਮੈਨੂੰ ਲੈਸਲੀ ਮਿਲ ਗਈ ਅਤੇ ਉਹ ਕਹਿੰਦੀ ਵੀ ਚੱਲ ਤੈਨੂੰ ਪਹਿਲਾਂ ਇੱਥੇ ਦਾ ਕਲੋਨੀਅਲ ਸ਼ਹਿਰ ਦਿਖਾ ਕੇ ਆਵਾਂਗੇ, ਜਿਹੜੀ ਕਿਸੇ ਜ਼ਮਾਨੇ 'ਚ ਇੱਥੇ ਦੀ ਰਾਜਧਾਨੀ ਸੀ, ਉਹ ਸੰਟਾਫੀ ਸੀ, ਸੰਟਾਫੀ ਐਂਟਿਕ ਇਹੋ ਜਿਹਾ ਨਾਂ ਸੀ ਉਹਦਾ। ਉੱਥੇ ਗਏ, ਸ਼ਹਿਰ ਦੇਖਿਆ, ਖਾਣਾ ਖੁਣਾ ਖਾਧਾ, ਲੰਚ ਕਰਿਆ, ਲੰਚ ਤੋਂ ਬਾਅਦ ਫਿਰ ਅਸੀਂ ਗਏ ਇੱਕ ਜਿਹੜਾ ਤਾਰਾਂ ਵਾਲਾ ਬ੍ਰਿਜ ਹੁੰਦਾ ਉਹ ਦੇਖਣ, ਜਿਹੜਾ ਕਿ ਸਾਊਥ ਅਮੈਰੀਕਾ ਦਾ, ਉਹ ਉਹਨੂੰ ਕਿਹਨੇ ਬਣਾਇਆ ਸੀ, ਜਿਹੜਾ ਬਰੁਕਲਿਨ ਬ੍ਰਿਜ ਜਿਹੜਾ ਅਮੈਰੀਕਾ 'ਚ ਬਣਿਆ ਹੋਇਆ, ਜਿਹਨੇ ਉਹ ਬਣਾਇਆ ਸੀ ਉਹਨੇ ਇਹ ਬ੍ਰਿਜ ਬਣਾਇਆ ਸੀ। ਸੋ ਕਿ ਉਹ ਕਿਤੇ ਇੱਥੇ ਰਹਿੰਦਾ ਸੀ ਜਾਂ ਕੁਛ ਹੋਰ ਸੀ, ਉਹਦੇ ਇੱਥੇ ਸੰਬੰਧ ਸੀ, ਅਤੇ ਉਹਨੇ ਉਹ ਬ੍ਰਿਜ ਬਣਾਇਆ ਸੀ। ਪਹਿਲਾਂ ਉਹ ਬ੍ਰਿਜ ਦੇਖਿਆ, ਉਹ ਬ੍ਰਿਜ ਦੇਖਣ ਤੋਂ ਬਾਅਦ ਅਸੀਂ ਚਲੇ ਗਏ। ਫਿਰ ਅਸੀਂ ਰਾਤ ਨੂੰ, ਮੈਂ ਕਿਹਾ ਵੀ ਮੈਂ ਤੂੰ ਮੇਰੇ ਨਾਲ ਹਾਂ, ਕਿਉਂਕਿ ਇਕੱਲਾ ਬੰਦਾ ਰਾਤ ਨੂੰ ਖਤਰਾ ਹੁੰਦਾ, ਠੀਕ ਹੈ, ਤੂੰ ਮੇਰੇ ਨਾਲ ਚੱਲ ਕੇ ਮੈਂ ਰਾਤ ਦੀ ਨਾਈਟ ਲਾਈਫ ਦੇਖਣੀ ਇੱਥੇ ਮੈਡਜੀਨ ਦੀ। ਸੋ ਰਾਤ ਦੀ ਨਾਈਟ ਲਾਈਫ ਦੇਖੀ। ਹਾਂ, ਉਦੋਂ ਪਹਿਲਾਂ ਆਫਟਰਨੂਨ ਇੱਕ ਸਕੇਅਰ ਆ ਇਹਨਾਂ ਦਾ, ਜਿੱਥੇ ਉਹ ਬੜੇ ਬੜੇ ਮਸ਼ਹੂਰ ਜਿਹੇ ਕਾਲੇ ਕਾਲੇ ਜਿਹੇ ਬੁੱਤ ਲੱਗੇ ਹੋਏ ਨੇ, ਠੀਕ ਹੈ, ਮੈਨੂੰ ਨਾਂ ਤਾਂ ਹੁਣ ਇਸ ਟਾਈਮ 'ਤੇ ਯਾਦ ਨਹੀਂ ਯਾਰ, ਉੱਥੇ ਜਦੋਂ ਮੈਂ ਮੂਵੀ ਦੇ ਵਿੱਚ ਬੋਲੂੰਗਾ ਉਹਨਾਂ ਦੇ ਨਾਂ। ਸੋ ਪਹਿਲਾਂ ਉੱਥੇ ਗਿਆ, ਉਸ ਮੂਰਤੀਆਂ ਦੀ ਫੋਟੋ ਜੀ ਖਿੱਚੀ, ਬਾਕੀ ਸ਼ਹਿਰ ਦੀਆਂ ਹੋਰ ਥੋੜ੍ਹੀਆਂ ਬਹੁਤੀਆਂ ਫੋਟੋਆਂ ਖਿੱਚੀਆਂ। ਫਿਰ ਇੱਕ ਹਾਈਐਸਟ ਪੁਆਇੰਟ ਸੀ ਹਾਂ ਸੱਚ ਆਫਟਰਨੂਨ, ਉੱਥੇ ਵੀ ਗਏ ਜਿੱਥੋਂ ਸਾਰਾ ਮੈਡਜੀਨ ਦੇਖਦਾ, ਉਹ ਸਾਰਾ ਮੈਡਜੀਨ ਦੇਖਿਆ। ਮੈਂ ਫਿਰ ਦੱਸਾਂ, ਇਹਨੂੰ ਮੈਡਲਿਨ ਨਹੀਂ ਕਹਿੰਦੇ, ਇਹਨੂੰ ਮੈਡਜੀਨ ਕਹਿੰਦੇ ਨੇ ਸਪੈਨਿਸ਼ 'ਚ, ਠੀਕ ਹੈ। ਸੋ ਅੱਜ ਤੋਂ ਬਾਅਦ ਜਦੋਂ ਵੀ ਤੁਸੀਂ ਬੋਲਣਾ ਵੀਰ ਇਹਨੂੰ ਮੈਡਜੀਨ ਕਿਹੋ, ਕਿਤੇ ਮੈਡਲਿਨ ਨਾ ਕਹੀਏ, ਮੈਂ ਤਾਂ ਮੈਡਲਿਨ ਨੇ ਕਹਿੰਦਾ ਸੀ, ਮੈਂ ਨਾ ਕੋਈ ਦੱਸਣ ਵਾਲਾ ਸੀ ਨਾ ਕੋਈ ਦੱਸਦਾ। ਸੋ ਇਹ ਇਹਦਾ ਹਿਸਾਬ ਕਿਤਾਬ ਆ। ਸੋ ਮੈਂ ਸਾਰਾ ਜਿਹੜਾ ਮੈਡਜੀਨ ਅਤੇ ਮੈਡਜੀਨ ਦੇ ਨਾਲ ਐਂਟੀਗੂਆ ਉਹਦੀ ਤੁਹਾਨੂੰ ਸਾਰਾ ਅੱਜ ਦੇ ਇਸ ਮੂਵੀ ਦੇ ਵਿੱਚ ਤੁਹਾਨੂੰ ਉਹ ਦਿਖਾਉਣਾ, ਠੀਕ ਹੈ, ਬੜਾ ਵਧੀਆ। ਹਾਂ, ਕਿਸੇ ਜ਼ਮਾਨੇ 'ਚ ਡੇਂਜਰਸ ਹੋਣਾ, ਇੱਥੇ ਡੇਂਜਰਸ ਹੋਣਾ, ਡੇਂਜਰ ਹੋਣਾ, ਪਰ ਇਸ ਜ਼ਮਾਨੇ 'ਚ ਵਨ ਆਫ ਦਾ ਬਿਗੈਸਟ ਟੂਰਿਸਟ ਸਪਾਟ ਆ, ਵਨ ਆਫ ਦਾ ਬਿਗੈਸਟ ਟੂਰਿਸਟ ਸਪਾਟ ਇਨ ਸੈਂਟਰਲ ਅਮੈਰੀਕਾ। ਸੋ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ। ਕੱਲ੍ਹ ਦੀ ਜਿਹੜੀ ਮੂਵੀ, ਜਿਹੜੀ ਅਗਲੀ ਮੂਵੀ ਹੋਊਗੀ, ਉਹ ਮੈਂ ਦਿਖਾਊਂਗਾ ਕਮਿਊਨਾ 13। ਕਮਿਊਨਾ 13 ਉਹ ਜਗ੍ਹਾ ਸੀ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਸੀ, ਜਿੱਥੇ ਰੋਜ਼ 4 ਮਰਡਰ ਹੋ ਜਾਂਦੇ ਸੀ। 4 ਮਰਡਰ ਰੋਜ਼ ਰਿਕਾਰਡ ਹੁੰਦਾ ਯਾਰ, 4 ਮਰਡਰ ਰੋਜ਼ ਹੋਣੇ। ਸੋ 4 ਤੋਂ ਵੀ ਜ਼ਿਆਦਾ ਹੋ ਜਾਂਦੇ ਸੀ ਉਹ ਕਹਿੰਦੇ ਕਈ ਵਾਰ, ਅਤੇ ਸਾਲ ਦਾ ਉਹਨਾਂ ਦਾ ਐਵਰੇਜ ਪੈਂਦੀ ਸੀ, ਸਾਲ ਦੀ ਉਹਨਾਂ ਦੀ ਐਵਰੇਜ ਪਈ ਹੈ 400 ਤੋਂ 80-85 ਤੋਂ ਉੱਪਰ ਬੰਦੇ ਇੱਕ ਸਾਲ 'ਚ। ਪਰ ਇਸ ਟਾਈਮ 'ਤੇ ਉਹ ਵਨ ਆਫ ਦਾ ਬਿਗੈਸਟ ਟੂਰਿਸਟ ਅਟਰੈਕਸ਼ਨ। ਮੈਂ ਉੱਥੇ ਸਵੇਰੇ ਗਿਆ, ਸਵੇਰ ਤੋਂ ਲੈ ਕੇ ਸ਼ਾਮ ਨੂੰ ਪਾਰਟੀ ਕੀਤੀ, ਰਾਤ ਤੱਕ ਰਿਹਾ। ਔਰ ਮੇਰੀ ਪੱਗ ਦੇਖ ਕੇ ਮੇਰੇ ਕੋਲ ਆ ਕੇ ਪੁੱਛਦੇ ਸੀ ਵੀ ਤੈਨੂੰ ਕਿਸੇ ਹੈਲਪ ਦੀ ਲੋੜ ਤਾਂ ਨਹੀਂ, ਇੰਨੇ ਚੰਗੇ ਬੰਦੇ ਨੇ, ਕਿਸੇ ਨੇ ਕੋਈ ਚੋਰੀ ਦੀ ਤਾਂ ਗੱਲੇ ਛੱਡੋ ਜੀ, ਉਹ ਤਾਂ ਤੁਸੀਂ ਗੱਲੇ ਨਾ ਕਰੋ ਵੀ ਕੋਈ ਚੋਰੀ ਚੱਕਾ, ਕੋਈ ਤੁਹਾਨੂੰ ਚਾਕੂ ਲਾ ਲਓ, ਕੋਈ ਹੋਰ ਲਾ ਲਓ, ਜਿਵੇਂ ਬਣਾਇਆ ਹੋਇਆ ਜੀ ਕਮਿਊਨਾ 13 ਤਾਂ ਇੰਨੇ ਬੰਦੇ ਰੋਜ਼ ਮਰਦੇ ਨੇ, ਇੰਨਾ ਉਹ ਹੁੰਦਾ, ਇਕੱਲੇ ਨਾ ਜਾਇਓ ਉੱਥੇ, ਆਹ ਹੋ ਜਾਊ, ਧਿਮਕਾ ਹੋ ਜਾਊ, ਨਹੀਂ 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 ਕੁਛ ਨਹੀਂ ਯਾਰ, ਉੱਥੇ ਪੁਲਿਸ ਦੀ ਸੇਫਟੀ ਬਹੁਤ ਆ ਪਰ ਬੰਦੇ ਹੀ ਬਹੁਤ ਹੈ, ਠੀਕ ਹੈ। ਮੈਂ ਉੱਥੇ ਇੱਕ ਪਾਬਲੋ ਐਸਕੋਬਾਰ ਦੇ ਡੁਪਲੀਕੇਟ ਨੂੰ ਵੀ ਮਿਲਿਆ, ਠੀਕ ਹੈ, ਪਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਇੱਥੇ ਚੰਗਾ ਘੁੰਮਿਆ ਫਿਰਿਆ। ਹਜੇ ਮੈਂ ਫਿਰ ਅਗਲੇ ਕੱਲ੍ਹ ਨੂੰ ਕਮਿਊਨਾ 13 ਇੱਕ ਅਗਲੀ ਮੂਵੀ 'ਚ, ਉਸ ਤੋਂ ਅਗਲੀ ਜਾਂ ਪਾਬਲੋ ਐਸਕੋਬਾਰ ਦੀ। ਪਾਬਲੋ ਐਸਕੋਬਾਰ ਬਾਰੇ ਮੈਂ ਤੁਹਾਨੂੰ ਫਿਰ ਉਹ ਪੂਰੀ ਡਿਟੇਲ ਨਾਲ ਦੱਸੂੰਗਾ ਵੀ ਉਹ ਕਿਹੋ ਜਿਹਾ ਬੰਦਾ ਸੀ, ਕਿਉਂ ਨਹੀਂ, ਡਿਸਾਈਡ ਤੁਸੀਂ ਕਰਨਾ ਵੀ ਉਹ ਚੰਗਾ ਬੰਦਾ ਸੀ ਕਿ ਮਾੜਾ ਬੰਦਾ ਸੀ, ਠੀਕ ਹੈ ਜੀ। ਪਰ ਮੈਂ ਫਿਰ ਦੱਸਾਂ, ਇਹ ਮੈਡਜੀਨ ਦੀ ਮੂਵੀ ਹੈ ਜਿਹਨੂੰ ਮੈਡਲਿਨ ਕਹਿੰਦੇ ਨੇ, ਕੋਲੰਬੀਆ ਦੀ, ਅਤੇ ਜਿੱਥੇ ਪਾਬਲੋ ਐਸਕੋਬਾਰ ਹੋਇਆ, ਇਹ ਸ਼ਹਿਰ ਦੀ ਮੂਵੀ ਆ ਜਾਂ ਇਹ ਹੋਰਾਂ ਦਾ ਆਲੇ ਦੁਆਲੇ ਉਹਨਾਂ ਦਾ ਹਿਸਾਬ ਕਿਤਾਬ ਆ। ਅਤੇ ਰਾਤ ਤੱਕ ਜੇ ਹੋਵੇ ਕੋਈ ਸੇਫ ਹੈ, ਐਵੇਂ ਨਾ ਸਮਝੋ ਵੀ ਉੱਥੇ ਜੀ ਸੇਫ ਨਹੀਂ ਹੈ, ਫਲਾਉਣਾ ਨਹੀਂ, ਧਿਮਕਾ ਨਹੀਂ, ਨਾ 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 ਨਾ, ਪੂਰਾ ਸੇਫ ਹੋ ਜਾਵੇ।
ਹਾਂ ਜੀ ਤੁਹਾਡਾ ਸਵਾਗਤ ਹੈ ਕਿੱਥੋਂ ਇਹਦਾ ਨਾਂ ਹੈਗਾ ਜੀ ਸਾਂਟਾ ਫੀ ਅੰਟਾਕੁਆ ਮੈਂ ਆ ਪਹੁੰਚ ਗਿਆ ਮੈਦਜੀਨ ਕੋਲੰਬੀਆ ਇਹ ਉਹਦੇ ਨਾਲ ਆ ਉੱਥੋਂ ਘੰਟੇ ਦਾ ਰਸਤਾ ਸੋ ਇੱਥੇ ਇਹ ਹਿਸਟੋਰਿਕ ਸਿਟੀ ਹੈ ਇੱਥੇ ਬਹੁਤ ਜ਼ਿਆਦਾ ਸੋ ਇੱਥੇ ਆਇਆ ਤਾਂ ਸਭ ਤੋਂ ਪਹਿਲਾਂ ਇਹਦੇ ਸੈਂਟਰ 'ਚ ਆਇਆ ਸੈਂਟਰ 'ਚ ਆਇਆ ਮੈਂ ਆ ਇਹਦਾ ਹੈਗਾ ਅਗਦੀਸ਼ੀਆ ਜਿਹਨੂੰ ਕਹਿੰਦੇ ਨੇ ਚਰਚ ਕਹਿੰਦੇ ਨੇ ਇਹਨਾਂ ਦਾ ਸੋ ਚਰਚ ਦੀ ਬਾਹਰੋਂ ਫੋਟੋ ਲਈ ਹੈ ਅਤੇ ਹੁਣ ਇਹਦੇ ਚਰਚ ਦੇ ਅੰਦਰ ਚੱਲੇ ਹਾਂ ਅੱਜ ਮੇਰੇ ਨਾਲ ਹੈਗੀ ਪੀਰੂ ਤੋਂ ਕੁੜੀ ਆ ਉਹਦਾ ਨਾਂ ਹੈਗਾ ਲੈਸਲੀ ਸੋ ਲੈਸਲੀ ਮੇਰੇ ਨਾਲ ਹੈ ਸੋ ਲੈਸਲੀ ਸਪੈਨਿਸ਼ ਹੈ ਸੋ ਇਹ ਸਪੈਨਿਸ਼ ਬੋਲੂਗੀ ਮੈਨੂੰ ਫਾਇਦਾ ਹੋ ਜਾਂਦਾ ਫਿਰ ਇਹਦੇ ਨਾਲ ਸਪੈਨਿਸ਼ ਬੰਦਾ ਹੋ ਗਿਆ ਸੋ ਆਹ ਬੜਾ ਪੁਰਾਣਾ ਦੇਖੋ ਉਹਦੀਆਂ ਇੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸਾਈਡ 'ਤੇ ਜਿਹੜਾ ਕੁਛ ਹੈਗਾ ਚਲੋ ਮੈਂ ਬੋਲੂ ਘੱਟ ਕਿਉਂਕਿ ਹੁਣ ਮੈਂ ਚਰਚ ਦੇ ਅੰਦਰ ਚੱਲਿਆ ਸੋ ਦੇਖੋ ਜਿਹੜੇ ਥੱਲੇ ਸੜਕ ਵੀ ਬਣੀ ਹੋਈ ਆ ਉਹ ਕਾਹਦੀ ਬਣੀ ਹੋਈ ਇਹ ਕੋਲੰਬੀਆ ਦੀ ਹਿਸਟੋਰਿਕ ਸਿਟੀ ਮੰਨਿਆ ਜਾਂਦਾ ਲਾਈਕ ਦੇ ਵਰ ਹੀਅਰ ਸੋ ਦੇ ਕੇਮ ਉਹ ਕਹਿੰਦੀ ਉਹ ਪਹਿਲਾਂ ਸੀਗੇ ਹੋਰ ਅੱਡ ਧਰਮਾਂ ਦੇ ਬੰਦੇ ਹੁੰਦੇ ਸੀ ਫਿਰ ਇਹਨਾਂ ਨੇ ਆ ਕੇ ਕਬਜ਼ਾ ਕਰਿਆ ਕਬਜ਼ਾ ਕਰਕੇ ਫਿਰ ਆਹ ਆ ਦੇਖਿਆ ਸਾਰਾ ਕੁਛ ਫਿਰ ਇਹਨਾਂ ਨੇ ਸਾਰਿਆਂ ਨੂੰ ਕੈਥੋਲਿਕ ਚੇਂਜ ਕਰ ਲਿਆ ਇਹ ਬ੍ਰਿਜ ਉਹਨੇ ਬਣਾਇਆ ਸੀ ਜਿਹਨੇ ਬਰੁਕਲੈਨ ਬ੍ਰਿਜ ਬਣਾਇਆ ਸੀ ਅਮੈਰੀਕਾ 'ਚ ਉਹ ਬਰੁਕਲੈਨ ਬ੍ਰਿਜ ਦਾ ਵੀ ਇਹੀ ਆਰਕੀਟੈਕਟ ਸੀ ਅਤੇ ਇੱਥੇ ਦਾ ਵੀ ਇਹੀ ਆਰਕੀਟੈਕਟ ਸੀ ਉਹਨਾਂ ਸੀ ਹੋਸੇ ਮਰੀਆ 1850 'ਚ ਬਣਾਇਆ ਸੀ ਅੱਜ ਦਾ ਨਕਸ਼ਾ ਸੀ ਪਹਿਲਾਂ ਜਿਹੜਾ ਬਣਾਇਆ Con Poncho Corriel su cultura, que colombiano es Dios. En los Estados Unidos, eso es la sensación, más por lo que dure allá. ਹਾਂਜੀ ਮੈਂ ਫੋਟੋ ਸ਼ੁਰੂ ਕੀਤੀ ਅੰਬਾਂ ਤੋਂ ਅੰਬ ਦਾ ਬੂਟਾ ਬੜੇ ਅੰਬ ਲੱਗੇ ਨੇ ਦੇਖੋ ਇੱਕ ਟਾਹਣੀ ਤਾਂ ਕਿੰਨੇ ਲੱਗੇ ਨੇ ਮੈਂ ਖੜਾ ਮੈਂ ਇਹਨੂੰ ਕਹਿੰਦੇ ਨੇ ਪੰਜਾਬੀ ਵਾਲੇ ਨੂੰ ਕਹਿੰਦੇ ਨੇ ਮੈਡਰੇਨ ਨਹੀਂ ਮੈਡਰੇਨ ਨਹੀਂ ਇਹ ਮੈਡਜੀਨ ਕਹਿੰਦੇ ਨੇ ਮੈਡਜੀਨ ਮੈਡੀਜੀਨ ਸੋ ਮੈਂ ਖੜਾ ਮੈਡੀਜੀਨ ਦੇ ਉਹ ਪਾਬਲੋ ਐਸਕੋਬਾਰ ਵਾਲੇ 'ਤੇ ਉੱਥੇ ਉਹਦੇ ਉੱਚੀ ਹਾਈ ਪੁਆਇੰਟ 'ਤੇ ਅਤੇ ਆਲੇ ਦੁਆਲੇ ਸਾਰਾ ਮੈਨੂੰ ਸ਼ਹਿਰ ਦਿਖਦਾ ਇੱਥੇ ਜਿੱਥੇ ਮੈਂ ਖੜਾ ਇਸ ਪੁਆਇੰਟ ਦਾ ਨਾਂ ਪਬਲੀਤੋ ਪੀਸਾ ਪੈਸਾ ਹੁਣ ਮੈਨੂੰ ਨਹੀਂ ਪਤਾ ਪੈਸਾ ਮੇਰਾ ਖਿਆਲ ਉੱਚਾਈ ਨੂੰ ਕਹਿੰਦੇ ਨੇ ਚੜ੍ਹਾਈ ਨੂੰ ਪੈਸਾ ਪਬਲੀਤੋ ਇਹ ਜਗ੍ਹਾ ਦਾ ਨਾਂ ਇਹ ਸੈਂਟਰ 'ਚ ਆ ਕਾਫੀ ਉੱਚਾਈ 'ਤੇ ਆ ਇਹ ਸਾਰਾ ਮੈਡੀਨ ਜਿਹੜੀ ਮੈਡਜੀਨ ਆ ਇਹਦੇ ਸੈਂਟਰ 'ਚ ਆ ਸਾਰੇ ਪਾਸੇ ਮੈਡਜੀਨ ਮੈਡਜੀਨ ਦਿੱਤੀ ਮੈਂ ਫਿਰ ਦੱਸਦਾ ਪੰਜਾਬੀ ਵਾਲੇ ਨੂੰ ਮੈਡਰੇਨ ਕਹਿੰਦੇ ਨੇ ਹੁਣ ਮੈਡਰੇਨ ਨਹੀਂ ਹੈ ਮੈਂ ਫਿਰ ਦੱਸਾਂ ਇਹਨੂੰ ਮੈਡਜੀਨ ਕਹਿੰਦੇ ਠੀਕ ਹੈ ਸੋ ਮੈਡਜੀਨ ਤੋਂ ਮੈਂ ਵਿਚਾਲੇ ਸੈਂਟਰ 'ਚ ਖੜਾ ਇੱਧਰ ਵੀ ਉਹ ਤੱਕ ਉਹੀ ਹੈ ਉੱਧਰ ਵੀ ਨੇ ਬਿਲਡਿੰਗਾਂ ਉੱਧਰ ਵੀ ਨੇ ਬਿਲਡਿੰਗਾਂ ਉੱਧਰ ਵੀ ਨੇ ਬਿਲਡਿੰਗਾਂ ਸਾਰੇ ਪਾਸੇ ਬਿਲਡਿੰਗਾਂ ਬਹੁਤ ਵਧੀਆ ਸ਼ਹਿਰ ਆ ਇਹ ਠੀਕ ਹੈ ਇਸ ਖਬਰਾਂ 'ਚ ਵੀ ਸੁਣਿਆ ਸਾਰੇ ਪਾਸੇ ਬੰਦੇ ਨੇ ਸੁਣਿਆ ਹੋਣਾ ਕੋਈ ਜੋ ਇਹੋ ਜਿਹਾ ਬੰਦਾ ਹੋਣਾ ਜਿਹਨੇ ਪਾਬਲੋ ਐਸਕੋਬਾਰ ਨਹੀਂ ਸੁਣਿਆ ਠੀਕ ਹੈ ਮੈਂ ਪਹਿਲਾਂ ਤੁਹਾਨੂੰ ਸ਼ਹਿਰ ਦਿਖਾਉਣਾ ਅਤੇ ਨਾਲ ਕੱਲ੍ਹ ਨੂੰ ਫਿਰ ਪਾਬਲੋ ਐਸਕੋਬਾਰ ਦੀ ਜਿੱਥੇ ਰਹਿੰਦਾ ਸੀ ਜਿੱਥੇ ਉਹਦਾ ਸਾਰਾ ਕੁਛ ਸੀ ਉਹ ਦਿਖਾਊਂਗਾ ਉਹਦਾ ਮਿਊਜ਼ੀਅਮ ਵਗੈਰਾ ਜੋ ਕੁਛ ਵੀ ਮੈਂ ਉਹਦਾ ਦਿਖਾ ਸਕਿਆ ਦਿਖਾਊਂਗਾ ਯਾਰ
ਵੀ ਮੈਂ ਸਿਰਫ 4 ਦਿਨ ਆ ਇੱਥੇ ਅਤੇ 4 ਦਿਨਾਂ 'ਚ ਹੁਣ ਕੀ ਦਿਖਾ ਸਕਦਾ। ਚੰਗਾ ਸੀ ਵੀ ਅੱਜ ਤਾਂ ਮੇਰੇ ਨਾਲ ਮੇਰੇ ਨਾਲ ਹੈਗੀ ਕੁੜੀ ਪੀਰੂ ਤੋਂ, ਚਲੋ ਇਹ ਹੈ। ਸੋ ਬਾਕੀ ਹੁਣ ਦੋ ਤਿੰਨ ਦਿਨ ਮੈਨੂੰ ਇਕੱਲੇ ਨੂੰ ਲਾਉਣੇ ਪੈਣੇ। ਸੋ ਆਹ ਸਾਰੀ ਇੱਥੇ ਦੀ ਪਬਲਿਕ ਆ, ਉੱਪਰ ਆਈ ਹੋਈ ਇੱਥੇ ਅਤੇ ਆਉਣ ਵਾਲੇ ਫਿਰ ਉੱਧਰ ਵੀ ਮੈਂ ਜੀ ਉੱਧਰ ਵੀ ਮੈਂ ਬੈਠ ਜਾ। ਫਿਰ ਮੈਂ ਕਹਾਂ ਵੀ ਇਹਨੂੰ ਐਲ ਨੂੰ ਜੇਈ ਬੋਲਦੇ ਨੇ, ਮੈਡ ਜੇ। ਉਹ ਜੋ ਤੁਹਾਨੂੰ ਦਿਖਦਾ ਇਸੇ ਕੰਮ ਲਈ ਹੈ, ਏਰੀਆ ਤੁਸੀਂ ਆਪ ਦੇਖ ਲਓ। ਉੱਪਰ ਹੈਲੀਕਾਪਟਰ ਵੀ ਖੜਦਾ ਸੇਫਟੀ ਲਈ, ਉਹਦੇ ਵੀ ਪੁਲਿਸ ਵਾਲੇ ਖੜੇ ਨੇ, ਇੱਧਰ ਵੀ ਖੜੇ ਨੇ। ਅਮਰੀਕਾ ਨੂੰ ਦਸਰੇ ਤੁਰੇ ਫਿਰਦੇ ਨੇ। ਸੋ ਆਹ ਲਾਸਟ ਬੁੱਤ ਹੈ, ਗਲੇਸ਼ੀਆ ਇਹਦਾ ਨਾਮ ਦਾ ਚਰਚ ਹੁੰਦਾ। ਇਹ ਸਾਰਾ ਕੰਮ ਚਰਚ ਦੇ ਥੱਲੇ ਚੱਲ ਰਿਹਾ, ਦੇਖੋ ਠੀਕ ਹੈ। ਹਾਂ ਉਹ ਟੂਰ ਵਾਲੇ ਨੇ, ਚਲੋ ਮੈਂ ਤਾਂ ਚਰਚ ਸਰਵਿਸ ਚੱਲ ਰਹੀ ਹੈ, ਆਲੇ ਦੁਆਲੇ ਸਾਰੀ ਕੁਛ, ਬਾਕੀ ਹੋਰ ਸਰਵਿਸ ਚੱਲ ਰਹੀ। ਜੋ ਵੀ ਦੁਨੀਆ ਖੜੀ ਹੈ ਨਾ ਇਸੇ ਕੰਮ ਲਈ ਖੜੀ ਹੈ, ਠੀਕ ਹੈ। ਪਰ ਪੁਲਿਸ ਵਾਲੇ ਨੇ ਚਲੋ ਰਾਖੀ ਲਈ ਹੈਗੇ, ਪਰ ਫਿਰ ਵੀ ਕਹਿੰਦੇ ਜਾਣੀ ਖਤਰੇ ਤੋਂ ਮਤਲਬ ਇਹ ਤਾਂ ਧੁੱਪ ਤੋਂ ਕੋਈ ਚੀਜ਼ ਖੋ ਕੇ ਨਾ ਭਾਜੀ ਜਾਵੇ, ਆਪਣਾ ਬੈਗ ਵਗੈਰਾ ਰੱਖ ਕੇ ਸਾਰਾ ਕੁਛ। ਮਜੋਰਟੀ ਜਾਣੀ ਜਿਹੜੀਆਂ ਇੱਥੇ ਤੁਰੀਆਂ ਫਿਰਦੀਆਂ ਨੇ ਇਹ ਇਸੇ ਕੰਮ ਵਾਲੀਆਂ ਨੇ, ਉਹ ਭਰਾਓ ਬਚ ਕੇ ਬਿਮਾਰੀ ਵਾਧੂ ਲਵਾਓਗੇ, ਹੋਰ ਆਪਣਾ ਠੱਗੀ ਉੱਥੇ ਵੱਧ ਕਰਵਾਓਗੇ ਆਪਣੇ ਨੂੰ। ਚਿਹਰੇ ਦਾਰੂ ਪੀ ਰਹੇ ਨੇ, ਚਿਹਰੇ ਬੋਤਲਾਂ ਮੂੰਹ ਨੂੰ ਰਹੀਆਂ ਚੱਲ ਰਹੇ। ਚਲੋ ਇਹ ਹੈ ਜੀ ਪਲਾਜ਼ਾ ਬਟੇਰੋ, ਇਹਨੂੰ ਕਹਿੰਦੇ ਮਸ਼ਹੂਰ ਆ ਇਹ, ਠੀਕ ਹੈ। ਤੁਹਾਨੂੰ ਕਈ ਜਾ ਕੇ ਪੁੱਛਦੇ ਨੇ, ਹਾਂ ਤੇਰੀ ਫੋਟੋ ਖਿੱਚਦਾ, ਤੇਰੀ ਫੋਟੋ ਖਿੱਚਦਾ। ਮੈਨੂੰ ਕਿਸੇ ਨੇ ਕਿਹਾ ਸੀ ਕਿਸੇ ਕੋਲ ਮੈਨੂੰ ਫਾਜੀ ਫੋਟੋ ਖਿਚਾਉਣਾ ਜੀ। ਮੈਂ ਮੈਡਜੀਨ 'ਚ ਬੈਠਾ, ਜਿਹਨੂੰ ਮੈਡਲੀਨ ਨਹੀਂ ਕਹਿੰਦੇ, ਮੈਡਜੀਨ ਕਹਿੰਦੇ ਨੇ, ਉੱਥੇ ਮੈਂ ਬੈਠਾ ਅਤੇ ਮੇਰੇ ਨਾਲ ਮੇਰੀ ਦੋਸਤ ਆ, ਉਹਦਾ ਨਾਂ ਹੈਗਾ ਲੈਸਲੀ, ਲੈਸਲੀ ਪੀਰੂ ਤੋਂ ਆ। ਸੋ ਮੈਂ ਉਹਦੇ ਨਾਲ ਕੁਛ ਗੱਲਾਂ ਕਰਨ ਲੱਗਿਆ, ਜੋ ਮੈਨੂੰ ਕੁਐਸਚਨ ਕੋਈ ਪੁੱਛਦੇ ਨੇ ਤੁਹਾਡੇ ਵਰਗੇ ਜਾਂ ਕੋਈ ਹੋਰ ਮੈਨੂੰ ਆਪਣੇ ਆਉਂਦੇ ਹੋ ਕੁਛ। ਲੈਸਲੀ ਨੂੰ ਇੰਗਲਿਸ਼ ਆਉਂਦੀ ਹੈ, ਸਮਝ ਲੈਂਦੀ ਹੈ, ਪਰ ਉਹ ਬੋਲਦੀ ਨਹੀਂ ਬੜੀ, ਸ਼ੀ ਡੋਂਟ ਸਪੀਕ ਮੱਚ ਬਿਕੋਜ਼ ਸ਼ੀ ਟਰੈਵਲ ਅਰਾਊਂਡ, ਬਟ ਸ਼ੀ ਇਜ਼ ਫਰੋਮ ਪੀਰੂ, ਲਿਮਾ ਪੀਰੂ। ਸੋ ਆਈ ਆਸਕ ਹਰ ਫਿਊ ਕੁਐਸਚਨਸ, ਲੈਟਸ ਸੀ ਵਟ ਸ਼ੀ ਸੇਜ਼ ਇਨ ਸਪੈਨਿਸ਼। ਓਕੇ ਲੈਸਲੀ, ਟੈਲ ਮੀ ਸਮਥਿੰਗ ਅਬਾਊਟ ਯੂਅਰ ਸੈਲਫ। ਹਾਈ ਹਾਈ, ਓਕੇ ਫਰੋਮ ਵੇਅਰ ਆਰ ਯੂ? ਫਰੋਮ ਪੀਰੂ? ਯੈਸ। ਓਕੇ ਟੈਲ ਟੈਲ ਇਨ ਸਪੈਨਿਸ਼, ਨੋ ਪ੍ਰੋਬਲਮ। ਹੂ ਆਰ ਯੂ, ਵਟ ਯੂਅਰ ਨੇਮ, ਐਂਡ ਵੇਅਰ ਡੂ ਯੂ ਲਿਵ? Hola, hola, hola a todos. Mi nombre es Leslie. Soy de Lima, Perú. Yo viví aquí hace 5 años. Conozco ya toda la ciudad. La ciudad ha cambiado mucho para bien, la verdad. Y volver acá ha sido una experiencia bonita, diferente, porque he conocido otro tipo de personas. Conocí aquí a mi nuevo amigo Kev. Entonces, realmente les recomiendo mucho venir acá porque es una ciudad muy verde, muy bonita. Si te gusta caminar, la naturaleza, realmente este es tu destino ideal para conocer esta parte muy bonita de Colombia. El Caribe también es muy bueno.
La ciudad es como... Pero Medellín es una ciudad que no puede salir de tu lista si vas a visitar Colombia o Sudamérica. Yeah. Sí. Ok, what is your hobby? Do you do photography? You take photos? Me gusta viajar y en los viajes me gusta tomar fotos, fotografías, me gusta documentar mis viajes, no en video, sino en fotos. ¿Sí? Me gusta mucho lo que es la playa, soy director creativo en un instituto, entonces toda mi vida prácticamente la dedico al arte, ¿no? Al arte, la fotografía, el diseño. Y me gusta mucho conocer diferentes ciudades, países. Me da como otro sentido o otras características muy diferentes a lo que quizá uno está acostumbrado a la ciudad o país donde uno vive. Realmente viajar es una experiencia. Bueno, viajar realmente es una experiencia muy enriquecedora. También te ayuda a conocer, practicar otros idiomas, conocer otras personas que están dentro de tus intereses en común, o quizá algo distinto a lo que estabas acostumbrado a hacer. Entonces, uno de mis pasatiempos es viajar. So how do you like Colombian people? People from Colombia, are they good? Las personas en Colombia, los colombianos, son personas muy alegres, muy, muy amigables realmente, te ayudan mucho, ¿sí? Siempre va a haber alguien como que vivo, astuto, pero no todos son así, realmente no todos son así. Even people from Peru are good. I've been in Peru. Sí, también. En general, los latinos son muy amigables, muy tratables. Sí, sí, te piden ayuda, te llevan, te indican. Sí, pero no les creas cuando te dicen que en 5 minutos vas a llegar. Sí, es, no controla bien el tiempo. Another thing, people say the women from Colombia are very beautiful. They say in the world, is it okay or just perception? Realmente sí. Si ves, quizá tontamente los concursos de belleza, siempre las mujeres de Colombia son las que llevan como más posiciones o siempre son las que llegan más al final, ¿no? Obviamente hay personas, hombres, mujeres, muy bellos en todo el mundo realmente, pero la belleza de la mujer colombiana es distinta, sí. Pero depende en or qué maybe parte. They do too much surgeries or something. I heard one or two person known to me, the girls known to me, oh, we are going to Colombia. I said, why are you going to Colombia? They said, we want to go to Colombia because we wanted to have a surgery. I said, man, no, don't go to. Maybe people here, maybe ladies here have a lot of surgeries or something. I don't know. That's the perception in the world. No, Colombianos are ladies are very nice. They are very beautiful. I say. For me, they look like all other ladies. All South American ladies are good. All that. You can find beautiful in Argentina, Brazil, everywhere, Chile, everywhere. Almost same everywhere. But I appreciate you are from Peru. I really like the Peru. I really like the Machu Picchu, Rainbow Mountain, and all this. All the other Peru. Whole Peru was nice. The same thing is maybe Colombia is nice. Sí. Los latinos somos así, alegres. Yeah. That's true. Thank you very much, okay? Thank you very much. I will try to put it on the YouTube as it is with some Punjabi or English, okay? Translate. So, I have like a YouTube channel, so I think I told you, like, I have my YouTube that channel, my small one. I will try to put it on it, your interview. Okay. Thank you again. Okay.
ਮੈਂ ਤੁਰਿਆ ਜਾਂਦਾ ਸੀ ਤੁਰਿਆ ਜਾਂਦਾ ਜਾਂਦਾ ਮੈਨੂੰ ਭਾਈ ਸਾਹਿਬ ਹੁਣੀ ਮਿਲੇ ਇਹ ਹੈਗੇ ਈਸ਼ਵਰ ਪੂਰਾ ਨਾਮ ਕਿਆ ਈਸ਼ਵਰ ਸਿੰਘ ਈਸ਼ਵਰ ਸਿੰਘ ਇਹ ਆਇਓ ਤੈਨੂੰ ਜੀ ਇਹ ਕਹਿੰਦੇ ਮੈਂ ਵਿਜ਼ਿਟ ਕਰਦਾ ਰਹਿੰਦਾ ਨੋਰਮਲ ਇੱਥੇ ਸਾਊਥ ਅਮਰੀਕਾ 'ਚ ਸੋ ਆਉਂਦਾ ਰਹਿੰਦਾ ਉਹ ਕਹਿੰਦਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੇਫਟੀ ਦੀ ਜਾਂ ਕੋਈ ਹੋਰ ਚੀਜ਼ ਦੀ ਸੋ ਸੁਣ ਲਓ ਮੈਂ ਨਹੀਂ ਕਹਿੰਦਾ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਵੀ ਇਹ ਕਿਤੇ ਆਪਦਾ ਘੁੰਮਣ ਦਾ ਮਾਰਾ ਇਹਨੂੰ ਸ਼ੌਂਕ ਆ ਸਾਊਥ ਅਮਰੀਕਾ 'ਚ ਘੁੰਮਣ ਦਾ ਤਾਂ ਕਰਕੇ ਨਹੀਂ ਇਹ ਵੀ ਕਹਿੰਦੇ ਨੇ ਠੀਕ ਹੈ ਚੰਗਾ ਜੀ ਥੈਂਕ ਯੂ ਧੰਨਵਾਦ ਓਕੇ ਮਿਟ ਜਾਂਦੀ ਲਾਈਫ ਹੈ ਜੀ ਨਾਈਟ ਲਾਈਫ ਰਾਤ ਦੀ ਲਾਈਫ ਬੜਾ ਡਰਾਇਆ ਸੀ ਵੀ ਜਾਣਾ ਨਹੀਂ ਆਹ ਨਹੀਂ ਕਰਨਾ ਕੋਲੰਬੀਆ ਜਿਹਨੂੰ ਕਹਿੰਦੇ ਨੇ ਪਾਬਲੋ ਐਸਕੋਬਾਰ ਵਾਲੇ ਮੈਡਿਨ 'ਚ ਮੈਡਲਿਨ ਕਹਿੰਦੇ ਨੇ ਐਕਚੁਲੀ ਹੁੰਦਾ ਮੈਜਿਕ ਮੈਰਿਜ ਓਕੇ ਮੈਡੀ MEDE ਪਿਛਲੇ ਪਾਸੇ ਉਹ ਕਹਿੰਦੇ ਨੇ ਜੀ ਸੋ ਮੈਡੇ ਦਿਨ ਦਾ ਮੇਰਾ ਨਜ਼ਾਰਾ ਮੇਰੇ ਕਮਰੇ ਤੋਂ ਮੇਰੀ ਵਿੰਡੋ ਤੋਂ ਸਾਰਾ ਦੇਖਦਾ ਇੱਧਰ ਦਾ ਪਾਸਾ ਸਾਰਾ ਵਨ ਸਾਈਡ ਆਉਂਦਾ ਹੋਲ ਸਿਟੀ ਠੀਕ ਹੈ ਬੜਾ ਵਧੀਆ ਨਜ਼ਾਰਾ ਬਾਕੀ ਗੱਲਾਂ ਕੱਲ੍ਹ ਨੂੰ ਦਿਨੇ ਅਤੇ ਬਾਕੀ ਸਾਰਾ ਕੁਛ ਹੋਣਾ